ਜੇ ਰਾਹਾਂ ਵਿੱਚ ਬੰਦਿਆਂ ਦੇ ਮੋਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸਨ ਬਾਬੇ ਨਾਨਕ ਵਾਂਗ ਉਦਾਸੀਆਂ 'ਤੇ। ਇਹਨਾਂ ਖੂਬਸੂਰਤ ਸ਼ਬਦਾਂ ਦੀ ਰਚਿਤਾ ਸੁਖਵਿੰਦਰ ਅੰਮ੍ਰਿਤ ਜੀ ਅਤੇ ਅੱਜ ਦੇ ਸਮੇਂ ਦੀ ਨਾਇਕਾ ਸੁਖਵਿੰਦਰ ਅੰਮ੍ਰਿਤ ਜੀ, ਜਿਨ੍ਹਾਂ ਦੇ ਸ਼ਬਦਾਂ ਦਾ ਜਾਦੂ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਪੰਜਾਬ ਦੀਆਂ ਮੁਟਿਆਰਾਂ ਦੀ ਨਾਇਕਾ ਸੁਖਵਿੰਦਰ ਅੰਮ੍ਰਿਤ ਹੋ ਨਿਬੜਦੀ ਹੈ ਜਦੋਂ ਉਹ ਔਰਤ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰਦੀ ਹੈ। ਅਤੇ ਮੈਨੂੰ ਬਹੁਤ ਹੀ ਸੁਭਾਗ ਪ੍ਰਾਪਤ ਹੈ ਅੱਜ ਇਸ ਵਕਤ, ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਨਾਲ ਪੰਜਾਬੀ ਸ਼ਾਇਰੀ ਦੀ ਉਹ ਸਿਖਰ ਅੱਜ ਮੌਜੂਦ ਹੈ। ਅਤੇ ਮੈਂ ਲੈ ਕੇ ਆ ਰਹੀ ਹਾਂ ਦੋਸਤੋ ਅੱਜ ਰਾਬਤਾ ਦੇ ਮੰਚ 'ਤੇ ਪੰਜਾਬੀ ਸ਼ਾਇਰੀ ਦੀ ਸਿਖਰ ਸੁਖਵਿੰਦਰ ਅੰਮ੍ਰਿਤ ਜੀ ਨੂੰ। ਸੁਖਵਿੰਦਰ ਅੰਮ੍ਰਿਤ ਜੀ, ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਜਿਹੜਾ ਰਾਬਤਾ ਇੱਕ ਮੰਚ ਹੈ, ਇਸ ਮੰਚ ਦੇ ਉੱਤੇ ਤੁਹਾਡਾ ਅੱਜ ਸਵਾਗਤ ਹੈ ਜੀ। ਜੀ ਸ਼ੁਕਰੀਆ ਰਮਨ ਜੀ। ਬਹੁਤ ਵਧੀਆ ਲੱਗ ਰਿਹਾ ਕਿ ਤੁਸੀਂ ਆਸਟ੍ਰੇਲੀਆ ਦੀ ਧਰਤੀ ਨੂੰ ਭਾਗ ਲਾਏ ਨੇ, ਖਾਸ ਕਰਕੇ ਐਡੀਲੇਡ ਦੀ ਧਰਤੀ ਨੂੰ ਭਾਗ ਲਾਏ ਨੇ। ਅਤੇ ਇੱਥੇ ਅਦਬੀ ਸਾਂਝ ਦੇ ਇੱਕ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਅੰਮ੍ਰਿਤ ਜੀ ਸਾਡੇ ਨਾਲ ਸ਼ਾਮਲ ਹੋਏ ਸਨ। ਇੱਕ ਮੁਸ਼ਾਇਰੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ ਅਤੇ ਉਹ ਮੁਸ਼ਾਇਰਾ ਐਡੀਲੇਡ ਦਾ ਉਹ ਮੁਸ਼ਾਇਰਾ ਸੁਖਵਿੰਦਰ ਅੰਮ੍ਰਿਤ ਜੀ ਨੇ ਲੁੱਟ ਲਿਆ ਸੀ ਕਿ ਪੰਜਾਬੀ ਜਿਹੜੇ ਪਾਕਿਸਤਾਨੀ ਪੰਜਾਬੀ ਅਤੇ ਭਾਰਤੀ ਪੰਜਾਬੀ ਉਹ ਦੀਵਾਨੇ ਹੋ ਗਏ ਸਨ ਇਸ ਖੂਬਸੂਰਤ ਸ਼ਾਇਰਾ ਦੇ, ਖੂਬਸੂਰਤ ਅੰਦਾਜ਼ ਦੇ ਅਤੇ ਖੂਬਸੂਰਤ ਸ਼ਾਇਰੀ ਦੇ। ਅਤੇ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਸਾਡੀ ਇਸ ਖੂਬਸੂਰਤ ਸ਼ਾਇਰਾ ਦਾ ਜਨਮ ਕਿਸ ਥਾਂ 'ਤੇ ਹੋਇਆ? ਰਮਨ, ਮੇਰਾ ਜਨਮ ਪਿੰਡ ਸਦਰਪੁਰਾ ਜੀ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਉਂ ਜੀ। ਪਰ ਪੰਜਾਬੀਅਤ ਦੀ ਜਿਹੜੀ ਇੱਕ ਮੂੰਹ ਬੋਲਦੀ ਤਸਵੀਰ ਇਹਨਾਂ ਦੇ ਆਵਾਜ਼, ਇਹਨਾਂ ਦੇ ਸ਼ਬਦਾਂ ਦੇ ਵਿੱਚੋਂ, ਇਹਨਾਂ ਦੇ ਪਹਿਰਾਵੇ ਦੇ ਵਿੱਚੋਂ, ਇਹਨਾਂ ਦੀ ਸ਼ਾਇਰੀ ਦੇ ਵਿੱਚੋਂ ਸਮੁੱਚਾ ਪੰਜਾਬ ਡੁੱਲ ਡੁੱਲ ਕੇ ਪੈਂਦਾ ਹੈ। ਅਤੇ ਪੰਜਾਬ ਦੀਆਂ ਉਹ ਮੁਟਿਆਰਾਂ ਜਿਹੜੀਆਂ ਇੱਕ ਆਜ਼ਾਦੀ ਨੂੰ ਲੋਚਦੀਆਂ ਨੇ, ਇੱਕ ਉਸ ਮੰਚ ਨੂੰ ਲੋਚਦੀਆਂ ਨੇ ਜਿੱਥੇ ਖੜੋ ਕੇ ਉਹ ਆਪਣੀ ਆਵਾਜ਼ ਬੁਲੰਦ ਕਰ ਸਕਣ, ਅਤੇ ਉਹ ਮੰਚ, ਉਹ ਆਵਾਜ਼ ਸੁਖਵਿੰਦਰ ਅੰਮ੍ਰਿਤ ਦੀ ਸ਼ਾਇਰੀ ਉਹਨਾਂ ਦੀ ਆਵਾਜ਼ ਬਣਦੀ ਹੈ, ਉਹਨਾਂ ਨੂੰ ਉਹ ਮੰਚ ਪ੍ਰਦਾਨ ਕਰਦੀ ਹੈ। ਅਤੇ ਉਹਨਾਂ ਦੇ ਜਿਹੜੇ ਬੋਲ ਨੇ ਉਹ ਔਰਤਾਂ ਦੀ ਰਹਿਨੁਮਾਈ ਕਰਦੇ ਨੇ, ਪੰਜਾਬਣਾਂ ਦੀ ਰਹਿਨੁਮਾਈ ਕਰਦੇ ਨੇ। ਅਤੇ ਸੁਖਵਿੰਦਰ ਅੰਮ੍ਰਿਤ ਜੀ, ਕਿਸ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਨਾਮ ਨਾਲ ਅੰਮ੍ਰਿਤ ਕਿਵੇਂ ਜੁੜ ਗਿਆ? ਰਮਨ, ਜਦੋਂ ਮੈਂ ਸ਼ੁਰੂ 'ਚ ਕਵਿਤਾ ਦੇ ਖੇਤਰ ਵੱਲ ਆਈ ਤਾਂ ਇੱਕ ਲੁਧਿਆਣੇ ਉਰਦੂ ਦੇ ਸ਼ਾਇਰ ਨੇ, ਬੜੇ ਬਜ਼ੁਰਗ ਨੇ ਜੀ, ਔਰ ਬਖਸ਼ੀ ਰਾਮ ਕੌਸ਼ਲ ਉਹਨਾਂ ਦਾ ਨਾਂ ਜੀ, ਉਹਨਾਂ ਨੇ ਮੇਰੀ ਕਵਿਤਾ ਸੁਣੀ ਤਾਂ ਉਹਨਾਂ ਨੇ ਮੈਨੂੰ ਕਿਹਾ, ਬੇਟਾ ਤੂੰ ਬਹੁਤ ਚੰਗੀ ਕਵਿਤਾ ਲਿਖਦੀ ਹੈ, ਤੈਨੂੰ ਕਾਫੀ ਸੰਭਾਵਨਾਵਾਂ ਨੇ ਤੇਰੇ ਵਿੱਚ ਅੱਗੇ ਜਾਣ ਦੀਆਂ ਜੀ, ਤੂੰ ਆਪਣਾ ਇੱਕ ਤਖੱਲਸ ਰੱਖ ਲਾ ਜੀ। ਅਤੇ ਮੈਨੂੰ ਉਦੋਂ ਕੋਈ ਪਤਾ ਨਹੀਂ ਸੀ ਹੁੰਦਾ ਕਿ ਮੈਂ ਅੱਗੇ ਕਿੱਥੇ ਜਾਣਾ, ਮੈਂ ਕਵਿਤਾ ਦੇ ਨਾਲ ਜਾਂ ਮੇਰੀ ਕਵਿਤਾ ਨੇ ਅੱਗੇ ਕਿੱਥੇ ਜਾਣਾ ਜਾਂ ਤਖੱਲਸ ਕੀ ਹੁੰਦਾ ਜੀ। ਸੋ ਉਹਨਾਂ ਨੇ ਮੈਨੂੰ ਆਪ ਹੀ ਇਹ ਰਾਏ ਦਿੱਤੀ ਅਤੇ ਆਪ ਹੀ ਉਹਨਾਂ ਨੇ ਮੇਰਾ ਇਹ ਨਾਮ ਵੀ ਰੱਖਿਆ। ਬਹੁਤ ਵਧੀਆ ਜੀ। ਅਤੇ ਇਸ ਤੋਂ ਵੀ ਪਿੱਛੇ ਮੈਂ ਥੋੜ੍ਹਾ ਜਿਹਾ ਜਾਣਾ ਚਾਹੁੰਦੀ ਹਾਂ ਕਿ ਸੁਖਵਿੰਦਰ ਅੰਮ੍ਰਿਤ ਨੂੰ ਸ਼ਾਇਰੀ ਦੀ ਦਾਤ ਕਿੱਥੋਂ ਮਿਲੀ, ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਤੁਹਾਡੇ ਅੰਦਰ ਜਿਹੜੀ ਸ਼ਾਇਰੀ ਹੈਗੀ ਆ ਉਹ ਉਮੜ ਉਮੜ ਕੇ ਪੈ ਰਹੀ ਹੈ? ਬਹੁਤ ਛੋਟੀ ਉਮਰ 'ਚ, ਜਿਵੇਂ 7ਵੀਂ 8ਵੀਂ ਜਮਾਤ 'ਚ ਪੜ੍ਹਦਿਆਂ ਮੈਂ ਗੀਤਾਂ ਦੀਆਂ ਤੁਕਾਂ ਜੋੜਨ ਲੱਗ ਗਈ ਸੀ, ਕਿਉਂਕਿ ਮੇਰਾ ਗੀਤ ਸੰਗੀਤ ਨਾਲ ਬਹੁਤ ਪਿਆਰ ਸੀ, ਇਸ਼ਕ ਸੀ ਮੈਨੂੰ ਜੀ। ਜਿੰਨੇ ਵੀ ਗੀਤ ਮੇਰੇ ਕੰਨਾਂ 'ਚ ਪੈਂਦੇ ਇੱਧਰੋਂ ਉੱਧਰੋਂ ਸਾਰੇ ਮੈਂ ਮੂੰਹ ਜ਼ਬਾਨੀ ਯਾਦ ਕਰ ਲੈਂਦੀ ਅਤੇ ਫਿਰ ਉਹਨਾਂ ਨੂੰ ਗੁਣਗੁਣਾਉਂਦੀ ਰਹਿੰਦੀ ਜੀ। ਅਤੇ ਮੇਰਾ ਵੀ ਜੀ ਕਰਦਾ ਕਿ ਮੈਂ ਵੀ ਇਹੋ ਜਿਹੇ ਗੀਤ ਲਿਖਾਂ, ਇਹੋ ਜਿਹੀ ਰਚਨਾ ਕਰਾਂ ਕੋਈ। ਅਤੇ ਇਸ ਤਰ੍ਹਾਂ ਹੌਲੀ ਹੌਲੀ ਜਦੋਂ ਗੀਤਾਂ ਦੀਆਂ ਤੁਕਾਂ ਜੋੜੀਆਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਮੈਂ ਨਜ਼ਮਾਂ ਗਜ਼ਲਾਂ ਸਾਰਾ ਕੁਛ ਇਹਦੇ ਲਿਖਣ ਲੱਗ ਗਈ ਜੀ। ਅਤੇ ਉਮਰ ਦੇ ਹਿਸਾਬ ਨਾਲ ਜਾਂ ਕਹਿ ਲਓ ਤਜ਼ਰਬਿਆਂ ਦੇ ਹਿਸਾਬ ਨਾਲ ਹੌਲੀ ਹੌਲੀ ਉਹਨਾਂ ਦੇ ਵਿੱਚ ਰੰਗ ਭਰਦਾ ਗਿਆ, ਉਹਨਾਂ 'ਚ ਪਰਪੱਕਤਾ ਆਉਂਦੀ ਰਹੀ। ਔਰ ਜਦੋਂ ਮੈਂ ਸੁਚੇਤ ਤੌਰ 'ਤੇ ਗਜ਼ਲ ਵੱਲ ਆਈ ਤਾਂ ਉਦੋਂ ਮੈਨੂੰ ਲੱਗਿਆ ਕਿ ਮੈਂ ਜੋ ਆਪਣੇ ਮਨ ਦੀ ਗੱਲ ਕਹਿਣੀ ਆ ਸ਼ਾਇਦ ਉਹ ਗਜ਼ਲ ਹੀ ਇੱਕ ਐਸੀ ਸਿਨਫ ਆ ਕਿ ਜਿਹਦੇ ਰਾਹੀਂ ਮੈਂ ਉਹ ਉਸ ਗੱਲ ਨੂੰ ਚੰਗੀ ਤਰ੍ਹਾਂ ਚੰਗੇ ਅੰਦਾਜ਼ ਵਿੱਚ ਕਹਿ ਸਕਦੀ ਹਾਂ ਜੀ। ਗਜ਼ਲ ਦੇ ਸ਼ੇਰ ਲਿਖਣ ਤੋਂ ਬਾਅਦ ਮੈਨੂੰ ਜਿਹੜੀ ਸੈਟਿਸਫੈਕਸ਼ਨ ਹੁੰਦੀ ਸੀਗੀ, ਤਸੱਲੀ ਹੁੰਦੀ ਸੀ। ਹੁਣ ਤੱਕ ਤੁਸੀਂ ਸ਼ਾਇਰੀ ਦੇ ਵਿੱਚ ਜਿਹੜੀਆਂ 9 ਕਿਤਾਬਾਂ ਤੁਹਾਡੀਆਂ ਉਹ ਆ ਚੁੱਕੀਆਂ ਨੇ, ਇਸ ਤੋਂ ਬਿਨਾਂ ਤੁਸੀਂ 2 ਪੁਸਤਕਾਂ ਐਡਿਟ ਵੀ ਕੀਤੀਆਂ ਨੇ, ਤਾਂ ਕਿੰਨਾ ਕੁ ਵਕਤ ਦਿੰਦੇ ਹੋ ਤੁਸੀਂ ਆਪਣੀਆਂ ਸਾਹਿਤਕ ਗਤੀਵਿਧੀਆਂ ਨੂੰ ਜਾਂ ਪੜ੍ਹਨ ਪੜ੍ਹਾਉਣ ਦਾ ਕਿੰਨਾ ਕੁ ਰੁਝਾਨ ਚੱਲਦਾ ਰਹਿੰਦਾ? ਜਦੋਂ ਮੈਂ ਬਚਪਨ 'ਚ ਲਿਖਣਾ ਸ਼ੁਰੂ ਕੀਤਾ ਤਾਂ ਮੇਰੇ ਘਰ ਵਿੱਚ ਕੋਈ ਸਾਹਿਤਕ ਮਾਹੌਲ ਨਹੀਂ ਸੀ ਜੀ, ਕਹਿ ਸਕਦੇ ਹਾਂ ਵੀ ਕਿ ਵਿਰੋਧੀ ਮਾਹੌਲ ਸੀ, ਸਾਹਿਤ ਵਿਰੋਧੀ ਮਾਹੌਲ ਜੀ। ਔਰ ਉਸ ਘਰ ਦੇ ਵਿੱਚ ਕਲਾ ਲਈ, ਕੋਮਲ ਚੀਜ਼ਾਂ ਲਈ, ਪਿਆਰ ਲਈ, ਸ਼ਾਇਰੀ ਲਈ ਜੀ, ਇਹਨਾਂ ਚੀਜ਼ਾਂ ਲਈ, ਗੀਤ ਸੰਗੀਤ ਲਈ ਕੋਈ ਥਾਂ ਨਹੀਂ ਸੀ। ਅਤੇ ਮੇਰੇ ਪਿਤਾ ਜੀ ਦਾ ਸੁਭਾਅ ਬਹੁਤ ਜ਼ਿਆਦਾ ਅੜਬ ਸੀ, ਔਰ ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ, ਉਹਨੇ ਮੇਰੀ ਪਹਿਲੇ ਗੀਤਾਂ ਵਾਲੀ ਕਾਪੀ ਦੇਖੀ ਤਾਂ ਉਹਨੇ ਮੈਨੂੰ ਬਹੁਤ ਝਿੜਕਿਆ ਅਤੇ ਮੇਰੇ
ਪਿਤਾ ਦਾ ਨਾਂ ਲੈ ਕੇ ਡਰਾਇਆ ਮੈਨੂੰ ਬਹੁਤ, ਹੈ ਨਾ, ਕਿ ਤੈਨੂੰ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੂ ਜੀ, ਉਹਨੂੰ ਪਤਾ ਲੱਗ ਗਿਆ ਤੂੰ ਗੀਤ ਲਿਖਦੀਆਂ ਵੀ ਕਬੀਲਦਾਰਾਂ ਦੀਆਂ ਧੀਆਂ ਗੀਤ ਗੂਤ ਨਹੀਂ ਲਿਖਦੀਆਂ। ਸੋ ਉਦੋਂ ਮੈਂ ਉਹ ਆਪਣੀ ਜਿਹੜੀ ਭਾਵਨਾਵਾਂ ਸੀ ਆਪਣੇ ਬਲਦੇ ਸੀ ਉਹ ਅੰਦਰ ਹੀ ਦਬਾ ਲਏ, ਮੈਨੂੰ ਕਦੇ ਵੀ ਉਹਨਾਂ ਨੂੰ ਕਾਗਜ਼ 'ਤੇ ਉਤਾਰਨ ਦਾ ਹੌਸਲਾ ਨਹੀਂ ਪਿਆ ਮੇਰਾ ਜੀ। ਔਰ ਮੈਂ ਸੋਚਣ ਲੱਗੀ ਕਿ ਇਸ ਘਰ ਦੇ ਵਿੱਚ ਤਾਂ ਮੈਂ ਕਦੇ ਵੀ ਗੀਤ ਜਾਂ ਕਵਿਤਾ ਲਿਖ ਨਹੀਂ ਸਕਦੀ, ਪਰ ਜਦੋਂ ਮੇਰਾ ਕਿਹੜਾ ਸਦੀਵੀ ਘਰ ਆ ਵੀ ਮੇਰਾ ਇੱਕ ਘਰ ਹੋਰ ਆ, ਮੇਰਾ ਸਹੁਰਾ ਘਰ ਵੀ ਮੇਰਾ ਘਰ ਆ ਵੀ ਹੋ ਸਕਦਾ ਉੱਥੇ ਮੇਰੀ ਮੈਨੂੰ ਲਿਖਣ ਦਾ ਪੜ੍ਹਨ ਦਾ ਮਾਹੌਲ ਮਿਲੇ, ਕਿਉਂਕਿ ਮੈਨੂੰ ਪੜ੍ਹਨ ਦਾ ਵੀ ਬਹੁਤਾ ਮੌਕਾ ਨਹੀਂ ਸੀ ਮਿਲਿਆ ਪੇਕੇ ਘਰ, ਮੈਂ ਸਿਰਫ ਨੌਜਵਾਨਾਂ ਹੀ ਪੜ੍ਹੀਆਂ ਸੀਗੀਆਂ। ਔਰ ਜਿਹੜੀ ਉਹ ਇੱਕ ਤੜਪ ਸੀਗੀ, ਇੱਕ ਉਹ ਹੂਕ ਸੀਗੀ, ਜਿਵੇਂ ਆਪਣੇ ਉੱਠ ਰਹੀ ਕਵਿਤਾ ਨੂੰ, ਉੱਠ ਰਹੇ ਗੀਤਾਂ ਦੀਆਂ ਸੱਤਰਾਂ ਨੂੰ ਉਹਨਾਂ ਨੂੰ ਦਬਾ ਕੇ ਰੱਖਣਾ ਪੈਂਦਾ ਸੀਗਾ, ਮੈਨੂੰ ਛੁਪਾ ਕੇ ਰੱਖਣਾ ਪੈਂਦਾ ਸੀ, ਜਾਂ ਮੈਂ ਮੂੰਹ ਜ਼ਬਾਨੀ ਯਾਦ ਕਰ ਲੈਂਦੀ ਸੀ, ਗੁਣਗੁਣਾਉਂਦੀ ਰਹਿੰਦੀ ਸੀ, ਜਾਂ ਕਿਤੇ ਮੈਂ ਲਿਖ ਵੀ ਲੈਂਦੀ ਸੀ ਤੇ ਫਿਰ ਆਪ ਹੀ ਪਾੜ ਵੀ ਦਿੰਦੀ ਸੀਗੀ। ਇਸ ਤਰ੍ਹਾਂ ਦਾ ਜਿਹੜਾ ਉਹ ਪੀਰੀਅਡ ਸੀਗਾ, ਉਹ ਸਮਾਂ ਸੀਗਾ, ਉਹ ਸਾਰੇ ਸਮੇਂ ਦੌਰਾਨ ਮੇਰੀ ਕਵਿਤਾ ਅੰਦਰ ਹੀ ਅੰਦਰ ਜਿਵੇਂ ਸੁਲਗਦੀ ਰਹੀ, ਪੱਕਦੀ ਰਹੀ, ਮਚਿਓਰ ਹੁੰਦੀ ਰਹੀ ਤੇ ਬਾਹਰ ਆਉਣ ਲਈ ਉਹ ਤੜਪਦੀ ਰਹੀ। ਤੇ ਜਦੋਂ ਮੈਨੂੰ ਮੌਕਾ ਮਿਲਿਆ, ਮੈਨੂੰ ਘਰੋਂ ਆਗਿਆ ਮਿਲੀ ਜੀ, ਤਾਂ ਮੈਂ ਉਹ ਜਦੋਂ ਮੈਨੂੰ ਇਹ ਕਿਹਾ ਗਿਆ ਕਿ ਹਾਂ ਤੂੰ ਹੁਣ ਕਾਪੀ ਲੈ ਸਕਦੀ ਆ, ਪੈਨ ਲੈ ਸਕਦੀ ਆ, ਅਰੇ ਬੈਠ ਕੇ ਲਿਖ ਸਕਦੀ ਆ, ਤੈਨੂੰ ਕੋਈ ਰੋਕੂਗਾ ਨੀ, ਕੋਈ ਟੁੱਕੂਗਾ ਨੀ ਜੀ, ਤਾਂ ਉਦੋਂ ਮੈਨੂੰ ਮੇਰੀ ਕਵਿਤਾ ਨੂੰ ਸੁੱਖ ਦਾ ਸਾਹ ਆਇਆ ਇੱਕ ਤਰ੍ਹਾਂ ਦਾ। ਤੇ ਜੋ ਕੁਛ ਮੇਰੇ ਅੰਦਰ ਦੱਬਿਆ ਪਿਆ ਸੀ, ਘੁੱਟਿਆ ਪਿਆ ਸੀ, ਜੋ ਤੜਪ ਰਿਹਾ ਸੀਗਾ ਬਾਹਰ ਆਉਣ ਲਈ, ਉਹ ਇੱਕਦਮ ਜਿਵੇਂ ਕੜ ਪਾਟ ਗਿਆ ਹੋਵੇ, ਜਿਵੇਂ ਕਿਤੇ ਕਿਸੇ ਚਸ਼ਮੇ ਤੋਂ ਜਿਵੇਂ ਪੱਥਰ ਪਾਸੇ ਹਟ ਗਿਆ ਹੋਵੇ, ਤਾਂ ਉਹ ਚਸ਼ਮੇ ਵਾਂਗੂ ਕਵਿਤਾ ਫੁੱਟ ਫੁੱਟ ਕੇ ਬਾਹਰ ਆਉਣ ਲੱਗ ਪਈ। ਔਰ ਮੇਰੇ ਕੋਲੋਂ ਵੀ ਇੰਨੇ, ਜਦੋਂ ਮੈਂ ਪਹਿਲੀ ਕਿਤਾਬ ਲਿਖੀ ਸੀ ਉਦੋਂ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਮੇਰੇ ਇੰਨਾ ਕੁਛ ਅੰਦਰ ਰਿੱਝ ਰਿਹਾ, ਪੱਕ ਰਿਹਾ। ਪਹਿਲੀ ਕਿਤਾਬ ਛਪਣ ਤੋਂ ਬਾਅਦ ਮੈਨੂੰ ਇੰਨਾ ਹੌਸਲਾ ਮਿਲਿਆ ਪਾਠਕਾਂ ਦਾ, ਵਿਦਵਾਨਾਂ ਦਾ, ਸਾਰੇ ਲੇਖਕਾਂ ਦਾ, ਜਿਹੜੇ ਮੇਰੇ ਸੀਨੀਅਰ ਲੇਖਕ ਸੀਗੇ, ਇੰਨੀ ਸ਼ਾਬਾਸ਼ ਮਿਲੀ ਮੈਨੂੰ ਕਿ ਮੈਂ ਫਟਾਫਟ ਚਾਈ ਚਾਈ ਉੱਧਰ ਨੂੰ ਹੋ ਗਈ ਕਿ ਹਾਂ ਮੈਂ ਹੁਣ ਇੱਕ ਉਹ ਮੇਰੀ ਗਜ਼ਲਾਂ ਦੀ ਕਿਤਾਬ ਸੀਗੀ, ਉਦੋਂ ਤੱਕ ਮੈਨੂੰ ਇਹ ਨਹੀਂ ਸੀ ਪਤਾ ਕਿ ਗਜ਼ਲਾਂ ਦੇ ਖੇਤਰ ਦੇ ਵਿੱਚ ਸਾਡੇ ਕੋਲ ਕੋਈ ਕਿਸੇ ਨਾਰੀ ਲੇਖਕ ਵੱਲੋਂ ਕੋਈ ਗਜ਼ਲਾਂ ਦੀ ਕਿਤਾਬ ਅਜੇ ਤੱਕ ਨਹੀਂ ਆਈ। ਤਾਂ ਇਸ ਗੱਲ ਦਾ ਬੜਾ ਚਰਚਾ ਹੋਇਆ ਕਿ ਪਹਿਲੀ ਵਾਰ ਸਾਡੇ ਪੰਜਾਬੀ ਕਵਿਤਾ ਦੇ ਵਿੱਚ ਕੋਈ ਕੁੜੀ ਗਜ਼ਲਾਂ ਦੀ ਕਿਤਾਬ ਲੈ ਕੇ ਆਈ ਆ। ਤੋ ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੇਰਾ ਸਾਰਾ ਜਿਹੜਾ ਵਹਾਅ ਸੀ ਉਹ ਗਜ਼ਲਾਂ ਵੱਲ ਹੀ ਹੋ ਗਿਆ, ਧਿਆਨ ਗਜ਼ਲਾਂ ਵੱਲ ਹੀ ਹੋ ਗਿਆ। ਤੇ ਜੋ ਮੇਰੇ ਅੰਦਰੋਂ ਕੋਈ ਭਾਵਨਾ ਉੱਠਦੀ ਤਾਂ ਆਪਣੇ ਆਪ ਹੀ ਗਜ਼ਲ ਦੇ ਸ਼ੇਅਰ ਵਿੱਚ ਢਲ ਕੇ ਹੀ ਆਉਂਦੀ। ਤੇ ਮੈਂ ਉਹ 6 ਮਹੀਨੇ ਵਿੱਚ ਇੱਕ ਹੋਰ ਕਿਤਾਬ ਦਾ ਮਿੱਟ ਤਿਆਰ ਕਰ ਲਿਆ। ਤੇ ਜਿਹੜੀ ਕਿਤਾਬ ਫਿਰ ਮੈਨੂੰ ਮੇਰੇ ਜਿਹੜੇ ਗੁਰੂ ਜੀ ਸਰਦਾਰ ਸੁਰਜੀਤ ਪਾਤਰ ਜੀ, ਉਹਨਾਂ ਨੇ ਮੈਨੂੰ ਦੱਸਿਆ ਕਿ ਇੰਨੀ ਛੇਤੀ ਛੇਤੀ ਕਿਤਾਬਾਂ ਨਹੀਂ ਛਪਾਈ ਦੀਆਂ, 6-6 ਮਹੀਨੇ ਬਾਅਦ ਕਿਤਾਬ ਨਹੀਂ ਛਪਾਈ ਦੀ। ਸੋ ਉਹ ਮੈਂ ਫਿਰ 2 ਸਾਲਾਂ ਬਾਅਦ ਕਿਤਾਬ ਉਹ ਛਪਾਈ ਸੀ। ਇਸੇ ਤਰ੍ਹਾਂ ਹੁਣ ਤੱਕ ਜਿੰਨੀਆਂ ਵੀ ਕਿਤਾਬਾਂ ਆਈਆਂ ਉਹ ਤਕਰੀਬਨ 2-2 ਸਾਲਾਂ ਬਾਅਦ ਐਵਰੇਜ ਆ ਰਹੀਆਂ ਨੇ। ਔਰ ਮੈਨੂੰ ਚੰਗਾ ਲੱਗ ਰਿਹਾ ਕਿ ਮੇਰੇ ਅੰਦਰੋਂ ਕਵਿਤਾ ਉੱਠ ਰਹੀ ਹੈ ਔਰ ਮੈਂ ਉਹਨੂੰ ਵਰਕਿਆਂ 'ਤੇ ਉਤਾਰ ਰਹੀ ਹਾਂ, ਔਰ ਪਾਠਕਾਂ ਵੱਲੋਂ ਮੈਨੂੰ ਹੁੰਗਾਰਾ ਮਿਲ ਰਿਹਾ, ਉਹਨੂੰ ਸਵੀਕਾਰਿਆ ਜਾ ਰਿਹਾ, ਪਿਆਰਿਆ ਜਾ ਰਿਹਾ, ਪੜ੍ਹਿਆ ਜਾ ਰਿਹਾ। ਔਰ ਉਸ ਕਵਿਤਾ ਨੂੰ ਇੰਨੇ ਇੰਨੇ ਕਿਤਾਬਾਂ ਦੇ ਐਡੀਸ਼ਨ ਛਪ ਗਏ ਕਿ ਮੈਨੂੰ ਜਿਹੜੇ ਮੇਰੇ ਪਬਲਿਸ਼ਰ ਨੇ ਉਹ ਰਾਇਲਟੀ ਵੀ ਦਿੰਦੇ ਆ। ਔਰ ਜਦੋਂ ਮੈਨੂੰ ਪਤਾ ਲੱਗਦਾ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੇ ਪੱਲਿਓਂ ਹੀ ਜ਼ਿਆਦਾਤਰ ਪੈਸੇ ਖਰਚ ਕੇ ਕਿਤਾਬਾਂ ਛਪਵਾਉਂਦੇ ਆ, ਪਰ ਮੈਂ ਉਹਨਾਂ ਬਹੁਤ ਥੋੜ੍ਹੇ ਲੇਖਕਾਂ ਦੇ ਵਿੱਚ ਹਾਂ ਜਿਹੜੇ ਕਿ ਕਿਤਾਬਾਂ ਛਾਪਣ ਦੇ ਪੈਸੇ ਲੈਂਦੇ ਆ, ਸਗੋਂ ਉਹਨਾਂ ਨੂੰ ਘਰ ਬੈਠਿਆਂ ਨੂੰ ਰਾਇਲਟੀ ਮਿਲਦੀ ਆ। ਸੋ ਮੈਨੂੰ ਇਸ ਗੱਲ ਦਾ ਮਾਣ ਹੁੰਦਾ। ਤੁਸੀਂ ਉਸ ਮੁਕਾਮ ਨੂੰ ਜਿਹੜਾ ਉਸਦੇ ਮੁਕਾਮ ਦੇ ਉੱਤੇ ਤੁਸੀਂ ਸਕੂਨ ਹਾਸਲ ਕਰ ਰਹੇ ਹੋ, ਤੁਸੀਂ ਆਪਣੀ ਸ਼ਾਇਰੀ ਦਾ ਆਨੰਦ ਮਾਣ ਰਹੇ ਹੋ, ਤੁਸੀਂ ਆਪਣੀ ਸ਼ੋਹਰਤ ਦਾ ਜਿਹੜਾ ਆਨੰਦ ਮਾਣ ਰਹੇ ਹੋ, ਪਰ ਮੈਂ ਤੁਹਾਡੇ ਨਾਲ ਵਿਚਰ ਕੇ ਮੈਂ ਮਹਿਸੂਸ ਕੀਤਾ ਕਿ ਉਸ ਸ਼ੋਹਰਤ ਦਾ ਕੋਈ ਵੀ ਅਸਰ ਤੁਹਾਡੀ ਸ਼ਖਸੀਅਤ ਦੇ ਉੱਤੇ ਮੈਨੂੰ ਨਹੀਂ ਦਿਸਦਾ, ਕੋਈ ਵੀ ਕਿਸੇ ਤਰ੍ਹਾਂ ਦਾ ਘੁਮੰਡ ਜਾਂ ਕਿ ਹੁਣ ਅਸੀਂ ਬੜੇ ਮਸ਼ਹੂਰ ਲੋਕ ਹੋ ਗਏ ਹਾਂ। ਤੇ ਸੁਖਵਿੰਦਰ ਅੰਮ੍ਰਿਤ ਜੀ ਨੂੰ ਮਿਲ ਕੇ ਬਿਲਕੁਲ ਦੋਸਤ ਇਸ ਤਰ੍ਹਾਂ ਲੱਗਦਾ ਕਿ ਬਹੁਤ ਇੱਕ ਆਮ ਜਿਹੇ ਇੱਕ ਔਰਤ, ਇੱਕ ਆਮ ਜਿਹੇ ਇੱਕ ਇਨਸਾਨ, ਔਰ ਹਰ ਇੱਕ ਦੇ ਦੁੱਖ ਦਰਦ ਦੇ ਵਿੱਚ ਇੰਨੀ ਚੰਗੀ ਤਰ੍ਹਾਂ ਖੁੱਭ ਜਾਣ ਵਾਲੇ, ਇੰਨੀ ਛੇਤੀ ਉਸਨੂੰ ਮਹਿਸੂਸ ਕਰਨ ਵਾਲੇ, ਔਰ ਬਿਲਕੁਲ ਇਹਨਾਂ ਨੂੰ ਮਿਲ ਕੇ ਨਹੀਂ ਲੱਗਦਾ ਕਿ ਇੰਨੀਆਂ ਸਾਰੀਆਂ ਕਿਤਾਬਾਂ ਦੀ ਲੇਖਕਾ ਔਰ ਇੰਨੀ ਸਾਰੀ ਸ਼ੋਹਰਤ ਆਪਣੀ ਝੋਲੀ ਦੇ ਵਿੱਚ ਸਾਂਭੀ ਬੈਠੀ ਹੈ ਲੇਖਕਾ, ਅੱਜ ਸਾਡੇ ਸਾਹਮਣੇ ਬੈਠੀ ਹੈ। ਤਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਮੈਨੂੰ ਲੱਗਦਾ ਧਰਤੀ ਨੇ ਕਦੇ ਘਮੰਡ ਨਹੀਂ ਕੀਤਾ ਕਿ ਉਹ ਇੰਨਾ ਕੁਛ ਪੈਦਾ ਕਰ ਰਹੀ ਆ, ਰੁੱਖਾਂ ਨੇ ਕਦੇ
ਕਦੇ ਘਮੰਡ ਨਹੀਂ ਕੀਤਾ ਤੇ ਮੈਂ ਵੀ ਇੱਕ ਕੁਦਰਤੀ ਜੀਵ ਆ ਮੈਨੂੰ ਵੀ ਘਮੰਡ ਹੋਣਾ ਨਹੀਂ ਚਾਹੀਦਾ ਪਤਾ ਨਹੀਂ ਕਿਉਂ ਹੋ ਜਾਂਦਾ ਹੁੰਦਾ ਪਤਾ ਨਹੀਂ ਤੁਹਾਨੂੰ ਸਿਰਫ 9ਵੀਂ ਤੱਕ ਪੜ੍ਹਨ ਦਾ ਮੌਕਾ ਮਿਲਿਆ ਔਰ ਉਸ ਤੋਂ ਬਾਅਦ ਜਿਹੜੀ ਇੰਨੀ ਖੂਬਸੂਰਤ ਸ਼ਾਇਰੀ ਜਿਸ ਚਸ਼ਮੇ ਚੋਂ ਫੁੱਟ ਫੁੱਟ ਕੇ ਬਾਹਰ ਆ ਰਹੀ ਹੈ ਉਹ ਚਸ਼ਮਾ ਤਾਂ ਗੱਲਾਂ ਕਰਦਾ ਹੈਗਾ ਕੁਦਰਤ ਦੀਆਂ ਦੁਨੀਆਂ ਦੀਆਂ ਔਰ ਇਲਮ ਦੀਆਂ ਬੜੀਆਂ ਡੂੰਘੀਆਂ ਗੱਲਾਂ ਕਰਦਾ ਤਾਂ ਫਿਰ ਜਿਹੜੀ ਪੜ੍ਹਾਈ ਤੁਹਾਡੀ ਆ ਉਹ ਕਿਸ ਤਰ੍ਹਾਂ ਦੁਬਾਰਾ ਸ਼ੁਰੂ ਹੋਈ ਕਿਸ ਦੌਰ ਦੇ ਵਿੱਚ ਆ ਕੇ ਸ਼ੁਰੂ ਹੋਈ ਔਰ ਤੁਸੀਂ ਕਿੱਥੋਂ ਤੱਕ ਉਸ ਨੂੰ ਮੁਕੰਮਲ ਕੀਤਾ ਹਾਂ ਰਮਨ ਜਦੋਂ ਮੈਂ ਸਹੁਰੇ ਆ ਕੇ ਕਹਿਣ ਲੱਗੀ ਵੀ ਮੇਰੇ ਪੇਕਿਆਂ ਨੇ ਤਾਂ ਮੈਨੂੰ ਪੜ੍ਹਾਇਆ ਨਹੀਂ ਵੀ ਤੁਸੀਂ ਮੈਨੂੰ ਪੜ੍ਹਾਓ ਪਲੀਜ਼ ਮੈਂ 10ਵੀਂ ਦੇ ਪੇਪਰ ਦੇਣੇ ਆ ਜਾਂ 10ਵੀਂ 'ਚ ਸਕੂਲੇ ਲੱਗਣਾ ਤਾਂ ਉਹ ਵੀ ਇਸ ਗੱਲ 'ਤੇ ਹੱਸਣ ਲੱਗ ਪਏ ਕਿ ਤੂੰ ਹੁਣ ਪੜ੍ਹ ਕੇ ਕੀ ਆ ਪ੍ਰੋਫੈਸਰ ਲੱਗਣਾ ਹੈ ਨਾ ਕਹਿਣ ਲੱਗ ਪਏ ਇੱਦਾਂ ਦੀਆਂ ਗੱਲਾਂ ਵੀ ਵਿਆਹੀਆਂ ਵਰੀਆਂ ਜਿਹੜੀਆਂ ਨੂੰਹਾਂ ਧੀਆਂ ਹੁੰਦੀਆਂ ਉਹ ਨਹੀਂ ਸਕੂਲੇ ਜਾਂਦੀਆਂ ਹੁੰਦੀਆਂ ਉਮਰ ਵੀ ਬੜੀ ਛੋਟੀ ਸੀ 17 ਸਾਲ ਦੀ ਸੀ ਮੈਂ ਬੱਚਿਆਂ ਵਾਂਗੂ ਉਹਨਾਂ ਨੂੰ ਤਰਲੇ ਕਰਦੀ ਸੀ ਅਤੇ ਪਰ ਜਦੋਂ ਮੈਂ ਦੇਖਿਆ ਕਿ ਕੋਈ ਮੇਰੇ ਤਰਲਿਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਤਾਂ 12 ਸਾਲ ਲੱਗੇ ਜਦੋਂ ਮੇਰੇ ਬੱਚੇ ਪੜ੍ਹਦੇ ਸੀ ਜਿਹੜੇ ਸਕੂਲ 'ਚ ਜਿਵੇਂ 1979 'ਚ ਮੈਂ 9ਵੀਂ ਪਾਸ ਕੀਤੀ ਸੀ ਅਤੇ 1991 'ਚ ਫਿਰ ਮੈਂ 10ਵੀਂ 'ਚ ਪੜ੍ਹਨ ਲੱਗ ਗਈ ਸੀ ਦੁਬਾਰਾ ਜਾ ਕੇ 91 'ਚ ਮੈਂ 10ਵੀਂ ਪਾਸ ਕੀਤੀ ਫਿਰ ਹੌਲੀ ਹੌਲੀ ਮੈਂ MA ਕਰ ਲਈ ਪੰਜਾਬੀ ਦੀ ਅਤੇ ਫਿਰ ਹਾਂਜੀ ਹਾਂ ਅਤੇ 1 ਸਾਲ ਮੈਨੂੰ ਇਹ ਵੀ ਮਾਣ ਪ੍ਰਾਪਤ ਹੈ ਕਿ ਮੈਂ 1 ਸਾਲ ਪ੍ਰੋਫੈਸਰੀ ਵੀ ਕੀਤੀ ਫਿਰ ਮੈਨੂੰ ਗੌਰਮੈਂਟ ਕਾਲਜ ਫਾਰ ਬੋਆਇਜ਼ ਲੁਧਿਆਣਾ ਉੱਥੇ ਹੈੱਡ ਸੀਗੇ ਨਛੱਤਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਆ ਕੇ ਉੱਥੇ ਮੇਰਾ ਰੂਬਰੂ ਉਹਨਾਂ ਨੇ ਕਰਵਾਇਆ ਸੀਗਾ ਅਤੇ ਉਹ ਬੜੇ ਪ੍ਰਭਾਵਿਤ ਹੋਏ ਮੇਰੇ ਇਸ ਸਾਰੇ ਸਟਰਗਲ ਤੋਂ ਜਾਂ ਮੇਰੀ ਕਵਿਤਾ ਤੋਂ ਕਹਿੰਦੇ ਹੁਣ ਤੁਸੀਂ MA ਕਰ ਲਈ ਸਾਡੇ ਬੱਚਿਆਂ ਨੂੰ ਪੜ੍ਹਾਓ ਆ ਕੇ ਵੀ ਸਾਡੇ ਬੱਚੇ ਤੁਹਾਡੇ ਪਾਠਕ ਆ ਅਤੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਅਸੀਂ ਚਾਹੁੰਦੇ ਹਾਂ ਤੁਸੀਂ ਇਹ ਵੀ ਸੇਵਾ ਕਰੋ ਸੋ ਮੈਂ 1 ਸਾਲ ਉੱਥੇ ਪੜ੍ਹਾਇਆ ਸੀਗਾ ਉਸ ਤੋਂ ਬਾਅਦ ਮੈਥੋਂ ਸੇਵਾ ਨਿਭਾਈ ਨਹੀਂ ਗਈ ਵੀ ਕੁਛ ਕਾਰਨਾਂ ਕਰਕੇ ਮੈਨੂੰ ਚੰਗਾ ਲੱਗਿਆ ਤੁਹਾਡੇ ਇਸ ਸੰਘਰਸ਼ ਨੂੰ ਦੇਖ ਕੇ ਤੁਹਾਡੀ ਇਸ ਕਲਾ ਨੂੰ ਦੇਖ ਕੇ ਤੁਹਾਡੇ ਵਿੱਚ ਇਸ ਜਿਹੜੀ ਅਦਬੀ ਜਿਹੜੀ ਇੱਕ ਅਦਬੀ ਰੁਚੀਆਂ ਨੂੰ ਦੇਖ ਕੇ ਇਹ ਸਾਰੇ ਕੁਝ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਹੋ ਸਕਦਾ ਬਹੁਤ ਸਾਰੀਆਂ ਅਜਿਹੀਆਂ ਹੋਰ ਔਰਤਾਂ ਵੀ ਹੋਣ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹੁੰਦੀਆਂ ਪਰ ਸਾਡਾ ਸਮਾਜ ਉਹਨਾਂ ਨੂੰ ਦੱਬ ਲੈਂਦਾ ਸਾਡੀ ਜਿਹੜੀ ਪਰਿਵਾਰਕ ਦਬਾਅ ਦੇ ਥੱਲੇ ਉਹਨਾਂ ਨੂੰ ਦੱਬ ਲਿਆ ਜਾਂਦਾ ਉਹਨਾਂ ਨੂੰ ਰੋਕ ਲਿਆ ਜਾਂਦਾ ਅਤੇ ਸੁਖਵਿੰਦਰ ਅੰਮ੍ਰਿਤ ਅਜਿਹੀ ਮਾਣਮੱਤੀ ਸ਼ਾਇਰ ਹੈ ਜਿਹੜੀ ਉਸ ਦਬਾਅ ਨੂੰ ਉਸ ਚੀਜ਼ ਦੇ ਵਿੱਚੋਂ ਫਿਰ ਵੀ ਉੱਭਰ ਕੇ ਸਾਹਮਣੇ ਆ ਗਈ ਹੈ ਅਤੇ ਹੋਰ ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਜਾਂਦੀਆਂ ਹੋਣਗੀਆਂ ਜਿਹਦੇ ਵਿੱਚ ਕਿ ਔਰਤਾਂ ਨੂੰ ਮੌਕਾ ਹੀ ਨਹੀਂ ਮਿਲਦਾ ਜਾਂ ਉਹਨਾਂ ਦੀ ਪੂਰੀ ਜ਼ਿੰਦਗੀ ਇੱਕ ਤਮਾਮ ਉਮਰ ਉਸ ਚੀਜ਼ ਦੇ ਥੱਲੇ ਦੱਬੀਆਂ ਰਹਿ ਜਾਂਦੀਆਂ ਨੇ ਤੁਹਾਨੂੰ ਲੱਗਦਾ ਵੀ ਸਾਡੀਆਂ ਪੰਜਾਬਣਾਂ ਦਾ ਜਿਹੜਾ ਟੈਲੈਂਟ ਹੈ ਜਿਹੜੀ ਕਲਾ ਹੈਗੀ ਹੈ ਉਹ ਹੋਰ ਵੀ ਉੱਭਰ ਕੇ ਸਾਹਮਣੇ ਆਉਣੀ ਚਾਹੀਦੀ ਹੈ ਰਮਨ ਮੈਂ ਆਪ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਵੈਸੇ ਤਾਂ ਅਸੀਂ ਸਾਰੇ ਕੁੜੀਆਂ ਮੁੰਡੇ ਹੈ ਨਾ ਔਰਤਾਂ ਪੁਰਖ ਸਾਰੇ ਆਪਣੇ ਸੁਪਨੇ ਪੂਰੇ ਕਰਨ ਲਈ ਜਾਂ ਆਪਣੀਆਂ ਪ੍ਰਾਪਤੀਆਂ ਲਈ ਬਹੁਤ ਜਦੋਜਹਿਦ ਕਰਦੇ ਹਾਂ ਬੜੀ ਤਰ੍ਹਾਂ ਦੇ ਸੰਘਰਸ਼ ਕਰਦੇ ਹਾਂ ਪਰ ਪੁਰਖਾਂ ਦੇ ਮੁਕਾਬਲੇ ਜਾਂ ਕਹੋ ਮੁੰਡਿਆਂ ਦੇ ਮੁਕਾਬਲੇ ਜਿਹੜਾ ਕੁੜੀਆਂ ਦਾ ਸੰਘਰਸ਼ ਹੁੰਦਾ ਕੁੜੀਆਂ ਦੇ ਦੁੱਖ ਹੁੰਦੇ ਆ ਉਹ ਬੜੇ ਹੋਰ ਤਰ੍ਹਾਂ ਦੇ ਹੁੰਦੇ ਆ ਉਹਨਾਂ ਦਾ ਦੁੱਖ ਵੀ ਬੜਾ ਹੋਰ ਤਰ੍ਹਾਂ ਦਾ ਹੁੰਦਾ ਔਰ ਉਹਨਾਂ ਦਾ ਜਿਹੜਾ ਸੰਘਰਸ਼ ਹੁੰਦਾ ਉਹ ਵੀ ਬੜਾ ਹੋਰ ਤਰ੍ਹਾਂ ਦਾ ਹੁੰਦਾ ਵੱਖਰਾ ਹੁੰਦਾ ਔਰ ਉਹ ਕਈ ਪਰਤਾਂ ਹੁੰਦਾ ਕਿਉਂਕਿ ਉਹਨਾਂ ਨੂੰ ਇੱਕ ਤਾਂ ਪਹਿਲਾਂ ਪਰਿਵਾਰਕ ਮਾਹੌਲ ਦੇ ਵਿੱਚ ਸੰਘਰਸ਼ ਕਰਨਾ ਪੈਂਦਾ ਪਰਿਵਾਰ ਮਾਤਾ ਪਿਤਾ ਛੇਤੀ ਛੇਤੀ ਇਜਾਜ਼ਤ ਨਹੀਂ ਦਿੰਦੇ ਹੈਗੇ ਉਹ ਡਰੇ ਹੋਏ ਹੁੰਦੇ ਆ ਬਾਹਰਲੇ ਮਾਹੌਲ ਤੋਂ ਦਰਿਆਵੀ ਮਾਹੌਲ ਤੋਂ ਔਰ ਫਿਰ ਜੇ ਉਹ ਪਰਿਵਾਰ ਉਹਨਾਂ ਨੂੰ ਦੇ ਦਿੰਦਾ ਸਹਿਮਤੀ ਆਗਿਆ ਦੇ ਦਿੰਦਾ ਕਿ ਚਲੋ ਕਰੋ ਤੁਸੀਂ ਹੈ ਨਾ ਜੋ ਕੁਛ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਸੁਪਨੇ ਪੂਰੇ ਕਰੋ ਤਾਂ ਕੁੜੀਆਂ ਨੂੰ ਬਾਹਰ ਆ ਕੇ ਸਾਡੇ ਜਿਹੜੀ ਸੋਸਾਇਟੀ ਹੈ ਸਮਾਜ ਹੈ ਸਾਡਾ ਜਾਂ ਪੁਰਸ਼ ਪ੍ਰਧਾਨ ਸਮਾਜ ਅਸੀਂ ਕਹਿ ਸਕਦੇ ਹਾਂ ਉੱਥੇ ਉਹ ਆ ਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਮਤਲਬ ਪੜਾਅ ਪਾਰ ਕਰਨੇ ਪੈਂਦੇ ਆ ਕਈ ਤਰ੍ਹਾਂ ਦੀਆਂ ਉਹਨਾਂ ਦੇ ਸਾਹਮਣੇ ਜਾਲ ਵਿਸ਼ੇ ਹੁੰਦੇ ਆ ਆਮ ਤੌਰ 'ਤੇ ਕੁੜੀਆਂ ਨੂੰ ਬੜੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਬੜੇ ਲਾਲਚ ਦਿੱਤੇ ਜਾਂਦੇ ਆ ਬੜੀਆਂ ਤਰ੍ਹਾਂ ਦੀਆਂ ਵੜਿਆ ਕੇ ਕਦੇ ਕਿਵੇਂ ਉਹਨਾਂ ਨੂੰ ਕਈ ਤਰ੍ਹਾਂ ਦੇ ਜਾਲਾਂ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਮੈਂ ਆਪਣੀ ਹੱਡੀ ਹੰਢਾਇਆ ਔਰ ਤਕਰੀਬਨ ਹਰੇਕ ਔਰਤ ਨੇ ਜਿਹੜੀ ਵੀ ਕਿਸੇ ਖੇਤਰ ਦੇ ਵਿੱਚ ਕਿਸੇ ਮੁਕਾਮ 'ਤੇ ਪਹੁੰਚੀ ਆ ਉਹਦੇ ਮੂੰਹੋਂ ਇਹ ਸੁਣੀਆਂ ਗੱਲਾਂ ਔਰ ਮੈਨੂੰ ਇਹਨਾਂ ਗੱਲਾਂ ਦਾ ਬੜਾ ਦੁੱਖ ਹੁੰਦਾ ਪਤਾ ਨਹੀਂ ਕਿੰਨੀਆਂ ਕੁੜੀਆਂ ਸਾਡੀਆਂ ਕਿੰਨੀਆਂ ਪ੍ਰਤਿਭਾਵਾਨ ਕੁੜੀਆਂ ਧੀਆਂ ਸਾਡੀਆਂ ਇਹੋ ਜਿਹੇ ਚੁਣੌਤੀਆਂ ਦੇ ਮੂਹਰੇ ਹਾਰ ਜਾਂਦੀਆਂ ਹੋਣਗੀਆਂ ਇਹੋ ਜਿਹੀਆਂ ਵਲਗੜਾਂ ਦੇ ਮੂਹਰੇ ਹਾਰ ਜਾਂਦੀਆਂ ਹੋਣਗੀਆਂ ਅਤੇ ਉਹਨਾਂ ਦੀ ਕਲਾ ਦਾ ਵੀ ਦਮ ਟੁੱਟ ਜਾਂਦਾ ਹੋਊਗਾ ਅਤੇ ਉਹ ਵੀ ਹਾਰ ਕੇ ਘਰੇ ਬਹਿ ਜਾਂਦੀਆਂ ਹੋਣਗੀਆਂ ਔਰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ ਕਿਵੇਂ ਮੈਂ ਤਾਂ ਇਹ ਕਹਿੰਦੀ ਹੁੰਦੀ ਹਾਂ ਵੀ ਜੇ ਕੁੜੀਆਂ 'ਚ ਕੋਈ ਪ੍ਰਤਿਭਾ ਹੈਗੀ ਆ ਤਾਂ ਉਹ ਮਿਹਨਤ ਕਰਨ ਆਪਣੀ ਲਗਨ ਨੂੰ ਪੱਕੀ ਰੱਖਣ ਔਰ ਜੇ ਉਹਨਾਂ ਦੇ ਵਿੱਚ ਉਹ ਅੱਗ ਹੋਈ ਤਾਂ ਉਹਦੀ ਰੋਸ਼ਨੀ ਆਪਣੇ ਆਪ ਹੀ ਬਾਹਰ ਆ ਜਾਣੀ ਆ ਉਹ ਇੰਨਾ ਜਿਹੜੇ ਉਹਨਾਂ ਦੇ ਰਾਹਾਂ ਦੇ ਵਿੱਚ ਲਾਲਚ ਰਿਆਇਤਾਂ ਵਾਲੇ ਜਾਂ ਹੋਰ ਤਰੀਫਾਂ ਵਾਲੇ ਇਹੋ ਜਿਹੇ ਜਾਲ ਵਿਛਾਉਂਦੇ ਆ ਵੀ ਉਹਨਾਂ ਨੂੰ ਪਰੇ ਕਰਕੇ ਆਪਣੇ ਜਿਹੜਾ ਉਹਨਾਂ ਦੇ ਵਿੱਚ
ਪ੍ਰਤਿਭਾ ਹੈਗੀ ਟੈਲੈਂਟ ਹੈਗਾ ਉਹਦੇ 'ਤੇ ਪੂਰੀ ਤਰ੍ਹਾਂ ਮਿਹਨਤ ਕਰਨ ਤਾਂ ਉਹਨਾਂ ਨੂੰ ਜ਼ਰੂਰ ਕਦੇ ਨਾ ਕਦੇ ਉਹਨਾਂ ਦਾ ਜੋ ਸੁਪਨਾ ਪੂਰਾ ਹੋਊਗਾ ਔਰ ਉਹਨਾਂ ਦਾ ਬਣਦਾ ਮੁਕਾਮ ਉਹਨਾਂ ਨੂੰ ਮਿਲੂਗਾ ਉਹਨਾਂ ਦਾ ਹੱਕ ਕੋਈ ਮਾਰ ਨਹੀਂ ਸਕਦਾ। ਤਾਂ ਇਹ ਕਿਹਾ ਜਾਂਦਾ ਅਕਸਰ ਜੀ ਕਿ ਹਰ ਇਨਸਾਨ ਦੇ ਅੰਦਰ ਜਿਹੜਾ ਉਹਦਾ ਬਚਪਨ ਹੈ ਉਹ ਕਦੇ ਵੀ ਉਹਦੇ 'ਚੋਂ ਮਨਫੀ ਨਹੀਂ ਹੁੰਦਾ, ਉਹਦੇ ਅੰਦਰ ਜ਼ਰੂਰ ਰਹਿੰਦਾ। ਤਾਂ ਤੁਹਾਡੇ ਅੰਦਰ ਲਈ ਉਹ ਨਿੱਕੀ ਜਿਹੀ ਕੁੜੀ ਕਿਵੇਂ ਮਹਿਸੂਸ ਕਰਦੀ ਉਸ ਵਕਤ, ਜਿਹੜੀ ਕਿ ਬਾਹਰ ਨਿਕਲਣਾ ਚਾਹੁੰਦੀ ਸੀ ਦੁਨੀਆ ਦੇ ਸਾਹਮਣੇ, ਆਪਣੀ ਸ਼ਾਇਰੀ ਨੂੰ, ਆਪਣੇ ਉਸ ਕਲਾ ਨੂੰ, ਉਸ ਅਦਾ ਨੂੰ ਬਾਹਰ ਬਖੇਰਨਾ ਚਾਹੁੰਦੀ ਸੀ, ਪਰ ਉਹਨੂੰ ਮੌਕਾ ਨਹੀਂ ਸੀ ਮਿਲਦਾ। ਅਤੇ ਅੱਜ ਜਦੋਂ ਉਹਨੂੰ ਮੌਕਾ ਮਿਲਦਾ ਤਾਂ ਉਸ ਵੇਲੇ ਤੁਹਾਡੀਆਂ ਭਾਵਨਾਵਾਂ ਕਿਹੋ ਜਿਹੀਆਂ ਹੁੰਦੀਆਂ ਨੇ? ਅਤੇ ਮੈਨੂੰ ਲੱਗਦਾ ਇਹ ਪੰਜਾਬੀ ਕਵਿਤਾ ਦਾ ਮਾਣ ਆ, ਪੰਜਾਬੀ ਕਵਿਤਾ ਦੇ ਵਿੱਚ ਇੰਨਾ ਇਹ ਖਿੱਚ ਆ ਕਿ ਉਹਨੂੰ ਮਾਣਿਆ ਜਾ ਰਿਹਾ, ਉਹਨੂੰ ਪੜ੍ਹਿਆ ਜਾ ਰਿਹਾ, ਉਹਨੂੰ ਸਵੀਕਾਰਿਆ ਜਾ ਰਿਹਾ। ਸਾਰੀਆਂ ਪੰਜਾਬਣਾਂ ਨੂੰ ਦੁਨੀਆ 'ਚ ਜਿੱਥੇ ਵੀ ਉਹ ਵੱਸਦੀਆਂ ਨੇ, ਜਿਹੜੀਆਂ ਤੁਹਾਡੇ ਵਰਗੇ ਹਾਲਾਤਾਂ ਦੇ ਵਿੱਚੋਂ ਗੁਜ਼ਰੀਆਂ ਨੇ ਜਾਂ ਗੁਜ਼ਰ ਰਹੀਆਂ ਨੇ ਜਾਂ ਜਿਹੜੀਆਂ ਕੁਛ ਕਰਨਾ ਚਾਹੁੰਦੀਆਂ ਨੇ, ਉਹਨਾਂ ਨਾਲ ਉਹਨਾਂ ਦੇ ਲਈ ਤੁਸੀਂ ਇੱਕ ਚਾਨਣ ਮੁਨਾਰਾ ਹੋ, ਤੁਸੀਂ ਅਜਿਹੀ ਸ਼ਖਸੀਅਤ ਹੋ ਜਿਸ ਤੋਂ ਰੋਸ਼ਨੀ ਲੈ ਕੇ ਅੱਗੇ ਤੁਰ ਸਕਦੀਆਂ ਨੇ, ਜਿਸ ਤੋਂ ਰੋਸ਼ਨੀ ਲੈ ਕੇ ਉਹ ਆਪਣੇ ਹਨੇਰੇ ਰਾਹਾਂ ਨੂੰ ਰੁਸ਼ਨਾ ਸਕਦੀਆਂ ਨੇ। ਤਾਂ ਉਹਨਾਂ ਸਾਰੀਆਂ ਪੰਜਾਬਣਾਂ ਦੇ ਨਾਂ 'ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਰਮਨ, ਜਿਵੇਂ ਪਹਿਲਾਂ ਵੀ ਮੈਂ ਕਿਹਾ ਸੀਗਾ ਵੀ ਉਹ ਹਾਰਨ ਨਾ ਕਦੇ ਵੀ ਆਪਣੇ, ਜਿਵੇਂ ਪਾਸ਼ ਨੇ ਕਿਹਾ ਸੀ ਕਿ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਜੀ, ਆਪਣੇ ਸੁਪਨੇ ਨੂੰ ਮਰਨ ਨਾ ਦੇਣ ਕਦੇ ਵੀ, ਉਹ ਮਿਹਨਤ ਕਰਦਿਆਂ ਰਹਿਣ ਤਾਂ ਜ਼ਰੂਰ ਉਹਨਾਂ ਨੂੰ ਉਹਨਾਂ ਦਾ ਹੱਕ ਮਿਲੂਗਾ, ਉਹਨਾਂ ਦਾ ਮੁਕਾਮ ਬਣਦਾ ਮੁਕਾਮ ਮਿਲੂਗਾ। ਅਤੇ ਉਹ ਆਪਣੀ ਥਾਂ ਲਈ ਹਮੇਸ਼ਾ ਲੜਦੀਆਂ ਰਹਿਣ, ਚੁੱਪ ਕਰਕੇ ਨਾ ਬੈਠਣ। ਜਦੋਂ ਕੁੜੀਆਂ ਜਾਗਰੂਕ ਹੋ ਜਾਂਦੀਆਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਸਾਡੀ ਥਾਂ ਵਾ ਤਾਂ ਉਸ ਥਾਂ ਨੂੰ ਹਾਸਲ ਕਰਨਾ ਚਾਹੀਦਾ, ਚਾਹੇ ਉਹ ਕਿਤੇ ਵੀ ਹੋਣ। ਜੇ ਉਹਨਾਂ ਨੂੰ ਘਰ 'ਚ ਬਣਦੀ ਥਾਂ ਨਹੀਂ ਮਿਲਦੀ ਤਾਂ ਉਹ ਉਹਨਾਂ ਨੂੰ ਪ੍ਰਾਪਤ ਕਰਨੀ ਚਾਹੀਦੀ ਹੈ, ਜੇ ਉਹਨਾਂ ਨੂੰ ਦਫ਼ਤਰ 'ਚ ਬਣਦੀ ਥਾਂ ਨਹੀਂ ਮਿਲਦੀ ਉਹ ਉਹਨਾਂ ਨੂੰ ਪ੍ਰਾਪਤ ਕਰਨੀ ਚਾਹੀਦੀ ਹੈ, ਉਹਦੇ ਲਈ ਜੱਦੋਜਹਿਦ ਕਰਨੀ ਚਾਹੀਦੀ ਆ। ਔਰ ਮੈਨੂੰ ਖੁਸ਼ੀ ਆ ਕਿ ਸਾਡੀਆਂ ਕੁੜੀਆਂ ਹੁਣ ਜਾਗਰੂਕ ਹੋ ਗਈਆਂ, ਉਹਨਾਂ ਨੂੰ ਪਤਾ ਲੱਗ ਗਿਆ ਆਪਣੇ ਹੱਕਾਂ ਬਾਰੇ, ਔਰ ਉਹ ਉਹਨਾਂ ਦੇ ਲਈ ਉਹ ਜੱਦੋਜਹਿਦ ਕਰਦੀਆਂ, ਸੰਘਰਸ਼ ਕਰਦੀਆਂ, ਲੜਦੀਆਂ ਅਤੇ ਉਹਨਾਂ ਨੂੰ ਪ੍ਰਾਪਤ ਕਰਦੀਆਂ ਜੀ। ਰੋਸ਼ਨੀ ਦੀ ਮਿਸਾਲ ਜਿਹੜੀ ਤੁਹਾਡੇ ਵਰਗੀਆਂ ਔਰਤਾਂ ਲੈ ਕੇ ਤੁਰੀਆਂ ਨੇ, ਉਹ ਬਹੁਤ ਸਾਰੇ ਹਨੇਰੇ ਘਰਾਂ ਨੂੰ ਰੁਸ਼ਨਾ ਰਹੀ ਹੈ, ਬਹੁਤ ਸਾਰੇ ਬਨੇਰਿਆਂ ਦੇ ਉੱਤੇ ਸੱਜ ਗਈ ਹੈ ਜੀ। ਬਹੁਤ ਸਾਰੀਆਂ ਕੁੜੀਆਂ ਬਾਹਰ ਆ ਗਈਆਂ ਨੇ, ਉਹ ਬੇਇਨਸਾਫੀ ਦੇ ਖਿਲਾਫ, ਆਪਣੇ ਨਾਲ ਹੁੰਦੇ ਅਨਿਆਂ ਦੇ ਖਿਲਾਫ ਬੋਲ ਰਹੀਆਂ ਨੇ, ਔਰ ਇਹ ਆਵਾਜ਼ ਉਹ ਆਪਣੀ ਕਲਾ ਰਾਹੀਂ ਵੀ ਉਠਾ ਰਹੀਆਂ ਨੇ, ਔਰ ਇਹ ਆਵਾਜ਼ ਉਹ ਆਪਣੇ ਜਿਹੜੇ ਕੰਮਾਂ ਦੇ ਨਾਲ ਵੀ ਉਠਾ ਰਹੀਆਂ ਨੇ, ਉਹ ਆਪਣੇ ਮੂੰਹਾਂ 'ਚੋਂ ਬੋਲ ਕੇ ਵੀ ਉਠਾ ਰਹੀਆਂ ਨੇ। ਇੱਕ ਬਹੁਤ ਵਧੀਆ ਇਹ ਚੀਜ਼ ਹੈ। ਅਤੇ ਸੁਖਵਿੰਦਰ ਅਮਰਿਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਐਡੀਲੇਡ ਦੇ ਵਿੱਚ ਆਏ ਹੋ, ਔਰ ਐਡੀਲੇਡ ਦੇ ਵਿੱਚ ਆ ਕੇ ਤੁਸੀਂ ਇੱਥੇ ਆ ਕੇ ਆਪਣੀ ਜਿਹੜੀ ਕਲਾ ਦਾ ਜਿਹੜਾ ਜਾਦੂ ਹੈ, ਆਪਣੀ ਸ਼ਾਇਰੀ ਦਾ ਜਿਹੜਾ ਜਾਦੂ ਹੈ ਉਹ ਬਖੇਰਿਆ ਹੈ। ਔਰ ਤੁਸੀਂ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ? ਇਹ ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ। ਵਾਹ ਜੀ ਵਾਹ। ਇਹ ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ, ਤੇਰੇ ਹਿੱਸੇ ਦੀ ਦੁਨੀਆ 'ਤੇ ਕਿਸੇ ਦਾ ਰਾਜ ਕਿਉਂ ਹੋਵੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਸ਼ੁਕਰੀਆ।